ਘਟਨਾ ਚ ਖੂਨ ਨਾਲ ਲਥਪਥ ਪਈ ਲਾਸ਼ ਦੇਖ ਕੇ ਪੁਲਿਸ ਟੀਮ ਦੇ ਹੋਸ਼ ਉੜ ਗਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਔਰਤ ਦੀ ਲਾਸ਼ ਖੂਨ ਨਾਲ ਲਥਪਥ ਪਈ ਹੈ। ਪੁਲਿਸ ਵੀ ਮ੍ਰਿਤਕ ਨੂੰ ਔਰਤ ਸਮਝ ਕੇ ਜਾਂਚ ਕਰ ਰਹੀ ਸੀ। ਜਦੋਂ ਕ੍ਰਾਈਮ ਟੀਮ ਨੇ ਸਕੂਟੀ ਨੰਬਰ ਤੋਂ ਪਛਾਣ ਪਤਾ ਕੀਤੀ ਤਾਂ ਸਕੂਟੀ ਕਿਸੇ ਰਵਿੰਦਰ ਦੇ ਨਾਮ ਤੇ ਸੀ, ਜਿਸ ਤੋਂ ਬਾਅਦ ਇਸ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਗਿਆ। ਇਸ ਮ੍ਰਿਤਕ ਦੀ ਮੂੰਹ ਬੋਲੀ ਭੈਣ ਖੇਤਾਂ 'ਚ ਪਹੁੰਚੀ ਤਾਂ ਉਸਨੇ ਜੋ ਦੱਸਿਆ ਸੁਣ ਕੇ ਪੁਲਿਸ ਵੀ ਦੰਗ ਰਹਿ ਗਈ। ਉਸ ਦੇ ਮੁਤਾਬਿਕ ਇਹ ਕੋਈ ਔਰਤ ਨਹੀਂ ਬਲਕਿ GRP ਦਾ ਰਿਟਾਇਰਡ ਮੁਲਾਜ਼ਮ ਸੀ, ਜਿਸ ਦਾ ਨਾਮ ਰਵਿੰਦਰ ਸੀ, ਜਿਸ ਦੀ ਸੂਟ ਸਲਵਾਰ ਦੇ ਵਿੱਚ ਲਾਸ਼ ਖੂਨ ਨਾਲ ਲਥਪਥ ਹੋਈ ਖੇਤਾਂ 'ਚ ਪਈ ਸੀ। ਨੇੜੇ ਹੀ ਟੁੱਟੀ ਹੋਈ ਸਕੂਟੀ ਪਈ ਸੀ ਤੇ ਨਾਲ ਇੱਕ ਸ਼ਰਾਬ ਦੀ ਬੰਦ ਬੋਤਲ ਵੀ ਪਈ ਸੀ। ਪੁਲਿਸ ਟੀਮ ਹੈਰਾਨ ਸੀ ਕਿ ਆਖਿਰ ਇਹ ਰਿਟਾਇਰਡ ਮੁਲਾਜ਼ਮ ਸੂਟ ਸਲਵਾਰ ਦੇ ਵਿੱਚ ਕਿਉਂ ਹੈ, ਜਿਸ ਦਾ ਖੁਲਾਸਾ ਇਸ ਭੈਣ ਨੇ ਹੀ ਕੀਤਾ ਹੈ, ਜਿਸ ਨੂੰ ਸੁਣ ਕੇ ਪੁਲਿਸ ਅਧਿਕਾਰੀ ਹੈਰਾਨ ਰਹਿ ਗਏ। ਇਸ ਮੂੰਹ ਬੋਲੀ ਭੈਣ ਨੇ ਦੱਸਿਆ ਹੈ ਕਿ ਇਹ GRP ਦਾ ਰਿਟਾਇਰਡ ਮੁਲਾਜ਼ਮ ਸੀ ਜੋ ਰਿਟਾਇਰਮੈਂਟ ਤੋਂ ਬਾਅਦ ਕਿੰਨਰ ਬਣ ਗਿਆ ਸੀ। ਮਹੀਨੇ 'ਚ 15 ਦਿਨ ਘਰ ਰਹਿੰਦਾ ਸੀ ਤੇ 15 ਦਿਨ ਆਪਣੀ ਮੂੰਹ ਬੋਲੀ ਕਿੰਨਰ ਭੈਣ ਦੇ ਕੋਲ, ਜੋ ਪਿੰਡ ਜਾਣ ਲਈ ਨਿਕਲਿਆ ਸੀ ਪਰ ਰਾਹ ਦੇ ਵਿੱਚ ਹੀ ਇਹ ਸਭ ਵਾਪਰ ਗਿਆ। ਰਿਟਾਇਰਡ GRP ਮੁਲਾਜ਼ਮ ਦੀ ਲਾਸ਼ ਅੰਬਾਲਾ ਦੇ ਸ਼ੰਭੂ ਟੌਲ ਨੇੜਿਓਂ ਖੇਤਾਂ 'ਚੋਂ ਮਿਲੀ ਹੈ, ਜੋ ਕਿ ਫਰੀਦਾਬਾਦ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਿਕ ਜਦੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਇਹਦੇ ਨਾਲ ਕੋਈ ਹਾਦਸਾ ਵਾਪਰਿਆ, ਜਿਸ ਕਰਕੇ ਇਸ ਦੀ ਮੌਤ ਹੋਈ ਹੈ। ਹਾਲਾਂਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਪਤਾ ਨਹੀਂ ਜੀ, ਕੱਲ ਗਏ 9-10 ਵਜੇ, 9 ਵਜੇ ਘਰ 'ਚ ਕਹਿ ਕੇ ਗਿਆ ਵੀ ਘਰ ਜਾ ਰਹਾ ਹੂੰ ਮੈਂ ਆਪਣੇ ਫਰੀਦਾਬਾਦ 'ਚ ਰਹਿਣ ਵਾਲਾ ਥਾ, ਇਹ ਮੇਰੇ ਪਾਸ ਇਹ ਜਬ ਸੇ ਲਟੈਰ ਹੋਇਆ ਥਾ ਮੇਰਾ ਧਰਮ ਕਾ ਭਾਈ ਬਣਾ ਹੁਆ ਥਾ, ਲੇਕਿਨ 15 ਦਿਨ ਆਪਣੇ ਬੱਚੋਂ ਮੇਰਾ ਕਿਹਾ ਤਾਂ 15 ਦਿਨਾਂ ਵਾਲੇ ਮੈਂ ਆਪਣਾ ਕਾਮ ਕੁਮ ਦੇਖਤਾ ਥਾ, ਇਹ ਮਤਲਬ ਕੁਛ ਲੋਗੋ ਕੇ ਇਸਨੇ ਪੈਸੇ ਪੂਸੇ ਸ਼ੋ ਕਰ ਰੱਖੇ ਥੇ, ਤੋ ਲੇਕਿਨ ਇਹ ਕੱਲ ਕਹਿਣ ਲੱਗਾ ਮੈਨੇ ਘਰ ਜਾਣਾ, ਤੋ ਮੈਂ ਤਾਂ ਪਰਲੀ ਸਾਈਡ ਮੈਂ ਰਹਿਤੀ ਹੂੰ, ਇਧਰ ਪੀਰ ਬਾਬਾ ਕੇ ਪਿੱਛੇ ਮਕਾਨ ਹੈ ਉਸਮੇ ਰਹਿਤੇ ਥੇ ਇਹ 10-12 ਸਾਲ ਸੇ, ਤੋ ਇਹ ਕਹਿਣ ਲੱਗਾ ਮੈਨੇ ਕਹਾ ਆਜ ਘਰ ਜਾਣਾ ਦੇ ਦੇ ਰਾਤ ਕੀ ਗਾੜੀ ਮੈਂ ਕਿਹਾ ਚੱਲ ਕੋਈ ਬਾਤ ਨਹੀਂ, ਤੋ ਹਮ 7 ਵਜੇ ਹੀ ਉਹਾਂ ਸੇ ਅੱਛੇ ਬੈਠੇ ਕਹਿ ਰੋਟ ਖਾਣਾ ਬਣਾ ਰਹੇ ਥੇ, ਮੈਂ ਦੇਖ ਕੇ ਗਈ ਹੂੰ। ਉਸਕੇ ਬਾਅਦ ਇਹ ਮੇਰੇ ਕੋ ਬਤਾਇਆ ਉਹਨਾਂ ਨੇ ਵੀ 9-9:30 ਵਜੇ ਨਿਕਲੇ ਵਹਾਂ ਸੇ। ਕਿਆ ਨਾਮ ਥਾ ਜੀ? ਇਨਕਾ ਨਾਮ ਰਵਿੰਦਰ ਸਾਹਿਬ, GRP ਸੇ ਇਹ ਲਟੈਰ ਥੇ, ਠੀਕ ਹੈ, ਰਹਿਣ ਵਾਲੇ ਆਪਣੇ ਫਰੀਦਾਬਾਦ ਕੇ ਥੇ ਇਹ, ਲੇਕਿਨ ਬਹੁਤ ਅੱਛੇ ਥੇ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ, ਕੋਈ ਦਾਰੂ ਨਹੀਂ, ਕੋਈ ਸ਼ਰਾਬ ਨਹੀਂ ਪੀਤੇ ਥੇ, ਲੇਕਿਨ ਇਹ ਰੰਜਿਸ਼ ਤੋਂ ਦੇਖੋ ਸਰ ਮੇਰੇ ਕੋ ਕਭੀ ਇਹਨਾਂ ਨੇ ਬਤਾਈ ਨਹੀਂ ਵੀ ਕੋਈ ਰੰਜਿਸ਼ ਹੈ, ਲੇਕਿਨ ਥੋੜ੍ਹਾ ਸਾ ਹਮਾਰੇ ਸੇ ਤੋ ਮਤਲਬ ਪਿਆਰ ਮੁਹੱਬਤ ਮੈਂ ਮਤਲਬ ਕੋਈ ਕਹੀ ਐਸੀ ਰੰਜਿਸ਼ ਕੋਈ ਐਸੀ ਬਤਾਈ ਨਹੀਂ ਇਹਨਾਂ ਨੇ, ਲੇਕਿਨ ਬਹੁਤ ਅੱਛਾ ਮਤਲਬ 10-12 ਸਾਲ ਸੇ ਬੱਚੋਂ ਕੇ ਸਾਥ ਬੱਚੇ ਸਮਝ ਕੇ ਰਹੇ ਹਾਂ, ਬਹਿਣ ਕੋ ਬਹਿਣ ਹੀ ਸਮਝਾ ਇਹਨਾਂ ਨੇ, ਲੇਕਿਨ ਬਹੁਤ ਅੱਛਾ ਮੇਰੇ ਸਾਥ ਸਲੂਕ ਥਾ, ਕਦੀ ਆਜ ਤੱਕ ਹਮਨੇ ਇਹ ਦੇਖਿਆ ਨਹੀਂ ਆ, ਲੇਕਿਨ ਜੋ ਯਾਰ ਸਾ ਹੋਇਆ ਕਿਸੇ ਨੇ ਕਿਹਾ ਦੁਸ਼ਮਣਾਈ ਲਈ ਕਿਆ ਨਹੀਂ, ਮੇਰੇ ਕੋ ਤਾਂ ਖੁਦ ਹੀ ਨਹੀਂ ਸਮਝ ਆ ਰਹਾ ਵੀ ਕਿਸੇ ਨੇ ਇਹ ਕਿਆ ਕਰਾ। ਕਿਸ ਟਾਈਮ ਪਤਾ ਲੱਗਾ ਆਪਕੋ? ਮੇਰੇ ਕੋ ਤਾਂ ਸਵੇਰੇ ਇਹ ਲੜਕੀ ਨੇ ਬਤਾਇਆ 10-11 ਵਜੇ, ਇਹ ਕਹਿਣ ਲੱਗੇ SSA ਕਰਕੇ ਪੁਲਿਸ ਵਾਲੇ ਲੈ ਕੇ ਗਏ ਹਾਂ, ਮੈਨੇ ਉਨਕਾ ਐਕਟਿਵਾ ਪਛਾਣਾ ਔਰ ਸਾਈਕਲ ਤੋਂ ਮੈਨੇ ਅਭੀ ਦੇਖੀ ਨਹੀਂ, ਮੈਂ ਦੇਖ ਕੇ ਆਪਕੋ ਇਹਨਾਂ ਨੂੰ ਮੈਨੇ ਫੋਨ ਕਰਾ, ਇਹ ਖੁਸ਼ਬੂ ਜਮੰਤ ਹੈ ਯਹਾਂ ਪੇ ਰਹਤੀ ਹੈ ਮਨਮੋਹਨ ਨਗਰ ਮੇਂ, ਇਹਨਾਂ ਨੇ ਮੇਰੇ ਕੋ ਫੋਨ ਕਰਾ ਵੀ ਮਾਸੀ ਜੋ ਤੁਹਾਰੇ ਪਾਸ ਉਹ ਰਹਤੇ ਹੈ ਨਾ ਉਨਕੀ ਡੈਡ ਬੋਡੀ ਪੜੀ ਹੈ ਔਰ SSA ਕਰਕੇ ਬਾਤ ਹੈ, ਤੋ ਮੈਨੇ ਕਹਾ ਮੈਨੇ ਯਕੀਨ ਨਹੀਂ ਕਰਾ, ਮੈਂ ਉਹ ਤੋਂ ਘਰ ਗਏ ਹਾਂ, ਉਹ ਤੋ ਯਹਾਂ ਆਈ ਨਹੀਂ ਆ, ਕਹਿ ਰਹੇ ਨਹੀਂ ਆਪ ਆ ਕੇ ਦੇਖੋ, ਪਰ ਆ ਕੇ ਦੇਖੋ ਤੋ ਐਕਟਿਵਾ ਵੀ ਹੋਈ ਔਰ ਉਨਕੇ ਡੈਡ ਬੋਡੀ ਵੀ ਹੋਈ। ਹਮੇ ਅੱਜ ਸੁਬਹ ਸੂਚਨਾ ਮਿਲੀ ਸੀ ਕਿ ਵੀ ਟੋਲ ਪਲਾਜ਼ਾ ਕੇ ਪਾਸ ਇੱਕ ਲੇਡੀਜ਼ ਕੀ ਡੈਡ ਬੋਡੀ ਪੜੀ ਹੈ, ਤੋ ਹਮ ਉਸ ਪੇ ਆਏ ਤੋ ਹਮਨੇ ਦੇਖਾ, ਪਤਾ ਕਿ ਆਸ ਪਾਸ ਇੱਕ ਸਕੂਟੀ ਪੜੀ ਥੀ, ਤੋ ਸਕੂਟੀ ਜੈਸੇ ਕੋਈ ਐਕਸੀਡੈਂਟਲ ਟਾਈਪ ਲੱਗਤੀ ਥੀ, ਮਤਲਬ ਅੱਗੇ ਸੇ ਟੁੱਟੀ ਹੋਈ ਥੀ, ਤੋ ਇਹ ਵੀ ਇਸਮੇ ਦੋਨੋਂ ਹੈਂਗਲ ਹੈ, ਸਕੂਟੀ ਕੋ ਦੇਖੇ ਹੋ ਦੇਖੇ, ਮਤਲਬ ਇਸਮੇ ਪੋਸਟਮਾਰਟਮ ਮੇਂ ਕਲੀਅਰ ਹੋਗਾ ਕਿਆ ਹੋਗਾ, ਬਾਕੀ ਸਕੂਟੀ ਕੇ ਹਿਸਾਬ ਸੇ ਪਤਾ ਲੱਗੇ ਵੀ ਇਹ ਸਕੂਟੀ ਰਵਿੰਦਰ ਥਾ ਕੋਈ ਹਮਾਰੇ GRP ਸੇ ਰਿਟਾਇਰ, ਔਰ ਉਹ ਅਬ ਕਿਨਰ ਬਣਾ ਹੁਆ ਥਾ ਜਿਹੜੇ ਬਹੁਤ, ਤੋ ਉਸਕੀ ਡੈਡ ਬੋਡੀ ਹੈ, ਫਿਰ ਉਸਕੇ ਕਰਕੇ ਜੋ ਉਸ ਦਿਨ ਕੇ ਪਾਸ ਰਹਿਤਾ ਥਾ ਕਾਲਕਾ ਚੌਂਕ ਕੇ, ਉਨਕੋ ਬੁਲਾ ਲਿਆ, ਤੋ ਉਹਨਾਂ ਨੇ ਵੀ ਉਸਕੀ ਡੈਡ ਬੋਡੀ ਕੀ ਸ਼ਨਾਖਤ ਕਰ ਲਿਆ ਹੈ, ਇਹ ਰਵਿੰਦਰ ਬਤਾ ਰਹੇ ਹੈ ਕਿਨਰ। ਜੋ ਸੀਨ ਆਫ ਕ੍ਰਾਈਮ ਟੀਮ ਨੇ ਉਹ ਕੀਆ ਹੈ, ਤੋ ਸੀਨ ਆਫ ਕ੍ਰਾਈਮ ਟੀਮ ਨੇ ਸਿਰ ਪੇ ਚੋਟ ਕੇ ਨਿਸ਼ਾਨ ਹੈ, ਤੋ ਉਹ ਚੋਟ ਕੇ ਹੈ ਜਾਂ ਕੋਈ ਐਕਸੀਡੈਂਟ ਸੇ ਲਗੇ ਹੈ, ਮਤਲਬ ਐਸੇ ਇਸ ਬਾਰੇ ਮੈਂ ਤੁਹਾਨੂੰ ਪੋਸਟਮਾਰਟਮ ਮੈਂ ਪਤਾ ਲੱਗਿਆ ਕਲੀਅਰ, ਤੋ ਉਹ ਚੀਜ਼ ਕਲ ਪੋਸਟਮਾਰਟਮ ਹੈਗੀ, ਬਾਕੀ ਸਿਰ ਮੈਂ ਮੌਕੇ ਸੇ ਸ਼ਰਾਬ ਵਗੈਰਾ ਕੁਛ ਐਸਾ ਨਹੀਂ, ਸ਼ਰਾਬ ਕੀ ਬੋਤਲ ਜਿਸਕੀ ਡਿੱਗੀ ਜੋ ਇਸਕੀ ਸਕੂਟੀ ਹੈ, ਸਕੂਟੀ ਕੀ ਡਿੱਗੀ ਮੈਂ ਬੰਦ ਬੋਤਲ ਮਿਲੀ ਹੈ, ਖੁੱਲੀ ਬੋਤਲ ਨਹੀਂ, ਸ਼ਰਾਬ ਕੀ ਬੋਤਲ ਹੈ।